ਅਗਾ ਸਲੇਮ ਦੀ ਕਹਾਣੀ ਉਦਾਸੀ ਦੇ ਦਿਨ ਦਾ ਬਾਕੀ ਦਾ ਹਿੱਸਾ ਅੱਖਾਂ ਨੀਵੀਆਂ ਕਰਕੇ ਉਹਨੇ ਆਪਣੀ ਚੁੰਨੀ ਦੀ ਕੰਨੀ ਮੂੰਹ 'ਚ ਲੈ ਲਈ ਜਿਬ ਦਾ ਸੀ ਉਹਦੇ ਸ਼ਬਦ ਉਹਦੇ ਸੰਗ ਝਟਕ ਗਏ ਨੇ ਅੰਦਰਲੇ ਤੂਫਾਨ ਨਾਲ ਉਹਦੀਆਂ ਗੱਲਾਂ ਦਾ ਰੰਗ ਬਦਲ ਰਿਹਾ ਸੀ ਕਿੱਦਾਂ ਦੱਸਾਂ ਮੈਂ ਬਣ ਮੈਂ ਮਾਂ ਬਣ ਰਹੀ ਹਾਂ ਕੀ ਉਹਦਾ دیਵਾਨਾਪਨ ਦੇਖ ਕੇ ਮੇਰੀ ਤਕਰੀਬਨ ਚੀਕ ਨਿਕਲ ਗਈ ਉਹਨੇ ਚੌਂਕੜੀ ਮਾਰ ਲਈ ਬੈੱਡ ਤੇ ਬੈਠ ਕੇ ਆਪਣਾ ਚਿਹਰਾ ਦੋਵਾਂ ਹੱਥਾਂ ਨਾਲ ਢੱਕ ਲਿਆ। ਉਹਨੇ ਜੋ ਭੇਤ ਖੋਲਿਆ ਸੀ ਉਹਦਾ ਅਸਰ ਕਬੂਲਣ ਲਈ ਮੈਨੂੰ ਕੁਝ ਸਮਾਂ ਲੱਗਿਆ। ਮੈਂ ਜਲਦੀ ਉੱਠਿਆ, ਉਹਦੇ ਕੋਲ ਜਾ ਕੇ ਬੈਠ ਗਿਆ। ਉਹਦੇ ਹੱਥ ਉਹਦੇ ਚਿਹਰੇ ਤੋਂ ਚੁੱਕੇ, ਉਹਦੇ ਵੱਲ ਨੀਝ ਨਾਲ ਤੱਕਿਆ। ਉਹਦੇ ਚਿਹਰੇ ਤੋਂ ਇੱਕੋ ਹੀ ਸਮੇਂ ਜਿੱਤ, ਲੱਜਾ, ਖੁਸ਼ੀ ਦੇ ਚਿੰਨ੍ਹ ਦਿਖਾਈ ਦੇ ਰਹੇ ਸਨ। ਮੈਂ ਉਹਨੂੰ ਖਿੱਚ ਕੇ ਗਲਵਕੜੀ 'ਚ ਲੈ ਲਿਆ। ਉਸ ਰਾਤ ਅਸੀਂ ਇੱਕ ਪਲ ਵੀ ਨਾ ਸੋਤੇ। ਸਾਰਾ ਸਮਾਂ ਗੱਲਾਂ ਕਰਦੇ ਰਹੇ ਹਰ ਮਿੰਟ ਸਾਨੂੰ ਆਪਣੀ ਗੋਦ 'ਚ ਇੱਕ ਬੱਚਾ ਬੈਠਾ ਦਿਖਾਈ ਦਿੱਤਾ ਅਸੀਂ ਤਿੰਨ ਜਣੇ ਲੱਗ ਰਹੇ ਸੀ ਜੇ ਮੇਰੇ ਲੜਕਾ ਹੋਇਆ ਤਾਂ ਤੁਸੀਂ ਉਹਦਾ ਕੀ ਨਾਂ ਰੱਖੋਗੇ ਸ਼ਾਇਦ ਜਮਾ ਹਫਤਾ ਜਾਂ ਇਸ ਤਰ੍ਹਾਂ ਕੋਈ ਹੋਰ ਮੁਖੌਲ ਨਾ ਕਰੋ سنجਿਦਾ ਹੋ ਕੇ ਦੱਸੋ ਮੈਂ ਬਹੁਤ ਸਾਰੇ ਨਾਂ ਸੁਝਾਏ ਪਰ ਉਹਨੇ ਕੋਈ ਪਸੰਦ ਨਾ ਕੀਤਾ ਚੱਲ ਛੱਡ ਅਸੀਂ ਨਾਂ ਬਾਰੇ ਬਾਅਦ 'ਚ ਸੋਚਾਂਗੇ ਪਰ ਇਹ ਦੱਸ ਵੀ ਬੱਚਾ ਕਿਹਦੇ ਵਰਗਾ ਹੋਏਗਾ ਤੇਰੇ ਵਰਗਾ ਜਾਂ ਮੇਰੇ ਵਰਗਾ ਮੈਂ ਚਾਹਨੀ ਹਾਂ ਤੇਰੇ ਵਰਗਾ ਹੋਵੇ ਮੇਰੇ ਵਰਗਾ ਕਿਉਂ ਇਹ ਤੇਰੇ ਨਾਲ ਮਿਲਦਾ ਜੁਲਦਾ ਕਿਉਂ ਨਾ ਹੋਵੇ ਜੇ ਉਹ ਤੁਹਾਡੇ ਨਾਲ ਮਿਲਦਾ ਜੁਲਦਾ ਹੋਇਆ ਤਾਂ ਮੈਂ ਉਹਨੂੰ ਜ਼ਿਆਦਾ ਪਸੰਦ ਕਰਾਂਗੀ ਜੇ ਮੇਰੇ ਵਰਗਾ ਹੋਇਆ ਤਾਂ ਮੈਂ ਉਹਨੂੰ ਹਰ ਸਮੇਂ ਕੁੱਟਦੀ ਰ੍ਹਾਂਗੀ ਤੇਰੀ ਕੀ ਮਜਾਲ ਉਹਨੂੰ ਕੁੱਟਣ ਦੀ ਤੂੰ ਹੱਥ ਤਾਂ ਲਾ ਕੇ ਵੇਖੀ ਤਦੇ ਤਾਂ ਮੈਂ ਕਹਨੀ ਆ ਉਹ ਤੇਰੇ ਵਰਗਾ ਹੋਣਾ ਚਾਹੀਦਾ ਠੀਕ ਹੈ ਹੁਣ ਦੱਸ ਤੂੰ ਉਹਨੂੰ ਕਿੱਥੇ ਪੜਾਏਂਗੀ ਮੈਂ ਉਹਨੂੰ ਕਿਸੇ ਸਧਾਰਨ ਜੇ ਸਕੂਲ ਚ ਦਾਖਲ ਕਰਵਾਵਾਂਗੀ ਨਹੀਂ ਨਹੀਂ ਮੈਂ ਉਹਨੂੰ ਅੰਗਰੇਜ਼ੀ ਸਕੂਲ ਚ ਪੜਾਵਾਂਗੀ ਤਾਂ ਕਿ ਉਹ ਵੱਡਾ ਅਫਸਰ ਬਣੇ ਫਿਰ ਮੈਂ ਉਹਦੀ ਸ਼ਾਦੀ ਦਾ ਇੰਤਜ਼ਾਮ ਕਰਾਂਗੀ ਪਰ ਜੇ ਉਹਨੂੰ ਪਤਾ ਲੱਗ ਗਿਆ ਕਿ ਸ਼ਾਦੀ ਤੋਂ ਪਹਿਲਾਂ ਮੈਂ ਇੱਕ ਸੀ ਮੈਂ ਉਹਦੇ ਮੂੰਹ ਤੇ ਹੱਥ ਰੱਖ ਦਿੱਤਾ ਉਹਨੂੰ ਇੱਕ ਲਫ਼ਜ਼ ਵੀ ਨਾ ਬੋਲਣ ਦਿੱਤਾ ਅਗਲੀ ਸਵੇਰ ਉਹ ਬਾਜ਼ਾਰ ਜਾਣ ਲਈ ਤਿਆਰ ਸੀ ਕਿਸ ਵਾਸਤੇ ਮੈਂ ਪੁੱਛਿਆ ਬੱਚੇ ਲਈ ਕੱਪੜੇ ਤੇ ਖਿਡੌਣੇ ਲੈਣ ਲਈ ਉਹਨੇ ਕਿਹਾ ਇੰਨੀ ਜਲਦੀ ਜੇ ਹੁਣ ਨਹੀਂ ਤਾਂ ਫਿਰ ਕਦੋਂ ਮੈਂ ਉਹਨੂੰ ਬਾਜ਼ਾਰ ਲੈ ਗਿਆ ਇਨੀਆਂ ਚੀਜ਼ਾਂ ਖਰੀਦੀਆਂ ਕਿ ਚੁੱਕੇ ਲਿਆਉਣੀਆਂ ਮੁਸ਼ਕਲ ਸੀ ਉਹਨਾਂ ਚ ਇੱਕ ਝੂਲਾ ਵੱਡਾ ਸਾਰਾ ਗੁੱਡਾ ਸੀ ਹੁਣ ਉਹ ਗੁੱਡੇ ਨੂੰ ਝੂਲੇ 'ਚ ਰੱਖ ਲੈਂਦੀ ਸਾਰਾ ਦਿਨ ਝੂਲੇ ਨੂੰ ਹਲਾਉਂਦੀ ਰਹਿੰਦੀ ਇਹਨੂੰ ਲੋਰੀਆਂ ਸੁਣਾਉਂਦੀ ਹੌਲੀ-ਹੌਲੀ ਦੇ ਨਾਲ ਗੱਲਾਂ ਕਰਦੀ ਰਹਿੰਦੀ ਮੈਂ ਸਵੇਰੇ ਕਾਲਜ ਜਾਂਦਾ ਰਾਤ ਪਈ ਵਾਪਸ ਆਉਂਦਾ ਉਹ ਗੁੱਡੇ ਨੂੰ ਚੁੱਕਦੀ ਕਹਿੰਦੀ ਦੇਖ ਤੇਰੇ ਅੱਬਾ ਆ ਗਏ ਨੇ ਆਪਣੇ ਅੱਬਾ ਨੂੰ ਖੁਸ਼ ਆਮਦੀਦ ਆਖ ਫਿਰ ਉਹ ਗੁੱਡੇ ਨੂੰ ਹੱਥ ਤੇ ਚੁੱਕਦੀ ਕਹਿੰਦੀ ਤੇਰੇ ਅੱਬਾ ਖੁਸ਼ ਵਸਦੇ ਰਹਿਣ ਜੇ ਮੈਂ ਕਿਸੇ ਵੇਲੇ ਬੇਧਿਆਨੇ ਬੇਧਿਆਨੇ ਚ ਗੁੱਡੇ ਵੱਲੋਂ ਸਵਾਗਤ ਕਰਨ ਦਾ ਜਵਾਬ ਨਾ ਦਿੰਦਾ ਉਦੋਂ ਮੇਰੇ ਨਾਲ ਗੁੱਸੇ ਹੋ ਜਾਂਦੀ ਕਹਿੰਦੀ ਤੁਸੀਂ ਮੇਰੇ ਲੜਕੇ ਦਾ ਸਵਾਗਤ ਦਾ ਉੱਤਰ ਕਿਉਂ ਨਹੀਂ ਦਿੰਦਾ ਮੈਂ ਮਾਫੀ ਚਾਹੁੰਦਾ ਮੁੜ ਕੇ ਜਿਆ ਨਹੀਂ ਹੋਏਗਾ ਮੈਂ ਕਹਿੰਦਾ ਜ਼ਹਿਰੀ ਬਹੁਤ ਹੀ ਜ਼ਿਆਦਾ ਖੁਸ਼ ਸੀ ਇੰਨੀ ਜ਼ਿਆਦਾ ਖੁਸ਼ ਕਿ ਅਸਲ ਵਿੱਚ ਮੈਨੂੰ ਮੰਨਣਾ ਪਏਗਾ ਕਿ ਮੈਨੂੰ ਵੀ ਉਹਦੀ ਖੁਸ਼ੀ ਨਾਲ ਹਸਦ ਹੋਣ ਲੱਗ ਪਈ ਸੀ ਜਦੋਂ ਦੀ ਉਹ ਗਰਭવતી ਹੋਈ ਸੀ ਉਹ ਹਰ ਸਮੇਂ ਬੱਚੇ ਦੇ ਖਿਆਲਾਂ ਚ ਗਵਾਚੀ ਰਹਿੰਦੀ ਕਈ ਵਾਰ ਮੈਨੂੰ ਐਦਾਂ ਲੱਗਦਾ ਕਿ ਮੇਰੇ ਕੋਲ ਹੁੰਦਿਆਂ ਵੀ ਮੇਰੇ ਕੋਲੋਂ ਬਹੁਤ ਦੂਰ ਸੀ ਮੈਨੂੰ ਜਾਪਦਾ ਕੁਝ ਇੱਕਠੇ ਰਹਿਣ ਬਾਅਦ ਸਾਡੇ ਰਸਤੇ ਅੱਡ-ਅੱਡ ਹੋ ਜਾਣਗੇ ਔਰਤ ਦੀ ਜ਼ਿੰਦਗੀ ਸਦਾ ਉਸਾਰੂ ਰਹਿੰਦੀ ਹੈ ਬੰਦੇ ਦੀ ਜ਼ਿੰਦਗੀ ਇਕੱਲੇਪਣ ਦਾ ਸ਼ਿਕਾਰ ਹੋ ਜਾਂਦੀ ਹੈ ਜਦੋਂ ਗਰਭ ਦੇ 5ਵੇਂ ਮਹੀਨੇ 'ਚ ਬੱਚਾ ਕੁਖ ਛਿਲਣ-ਜੁਲਣ ਲੱਗ ਪਿਆ ਤਾਂ ਬਤਿਆਨਤ ਖੁਸ਼ ਹੋਈ ਉਹਨੂੰ ਜਾਪਿਆ ਜਦਾਂ ਸਾਰੀ ਕਾਇਨਾਤ ਸਿਮਟ ਕੇ ਉਹਦੀ ਗੋਦ 'ਚ ਆ ਗਈ ਹੋਵੇ ਇੱਕ ਦਿਨ ਜਦੋਂ ਮੈਂ ਕਾਲਜ ਗਿਆ ਤਾਂ ਪ੍ਰਿੰਸੀਪਲ ਜਿਹੜਾ ਕਿ ਕਾਲਜ ਦਾ ਮਾਲਕ ਤੇ ਮੈਨੇਜਿੰਗ ਡਾਇਰੈਕਟਰ ਵੀ ਸੀ ਨੇ ਮੈਨੂੰ ਸੱਦਿਆ ਤੂੰ ਕਿੱਥੇ ਰਹਿਣਾ ਹੈ ਉਹਨੇ ਮੈਨੂੰ ਪੁੱਛਿਆ ਮੈਂ ਇੱਕ ਹੋਟਲ 'ਚ ਰਹਿਣਾ ਇਕੱਲਾ ਜਾਂ ਪਰਿਵਾਰ ਸਮੇਤ ਮੈਂ ਆਪਣੀ ਪਤਨੀ ਨਾਲ ਰਹਿਣਾ ਤੈਨੂੰ ਇੱਕ ਜ਼ਾਤੀ ਸਵਾਲ ਪੁੱਛਣ ਲਈ ਮਾਫੀ ਚਾਹਨਾ ਪਰ ਤੇਰੀ ਪਤਨੀ ਕੌਣ ਹੈ ਕੋਈ ਔਰਤ ਹੋਰ ਕੀ ਹੋ ਸਕਦੀ ਹੈ ਮੈਂ ਥੋੜੀ ਜਿਹੀ ਪਰੇਸ਼ਾਨੀ ਮਹਿਸੂਸ ਕੀਤੀ ਮੈਨੂੰ ਪਤਾ ਹੈ ਉਹ ਔਰਤ ਹੈ ਪਰ ਔਰਤਾਂ ਕਈ ਕਿਸਮਾਂ ਦੀਆਂ ਹੁੰਦੀਆਂ ਨੇ ਮੈਂ ਸੁਣਿਆ ਕਿ ਉਹ ਆ ਉਸੇ ਪਰਹੁਣੀ ਤੂੰ ਉਹਦੇ ਨਾਲ ਬਾਕਾਇਦਾ ਸ਼ਾਦੀ ਕਰ ਲਈਏ ਹਾਂਜੀ ਤੂੰ ਪੜਿਆ ਲਿਖਿਆ ਇਨਸਾਨ ਹੈ ਜਾਣਦਾ ਸਮਾਜ ਨੇ ਸਾਡੇ ਮੁੰਡਿਆਂ ਤੇ ਵੱਡੀ ਜ਼ਿੰਮੇਵਾਰੀ ਪਾਈ ਹੋਈ ਹੈ ਅਸੀਂ ਆਉਣ ਵਾਲੀਆਂ ਪੀੜੀਆਂ ਦੇ ਰਖਵਾਲੇ ਆ ਮੈਂ ਮੰਨਦਾ ਕਿ ਤੇਰੀ ਨੌਕਰੀ ਨਾਲ ਤੇਰੀ ਨਿੱਜੀ ਜ਼ਿੰਦਗੀ ਦਾ ਕੋਈ ਸਬੰਧ ਨਹੀਂ ਪਰ ਵਿਦਿਆਰਥੀਆਂ ਦਾ ਮਨੋਵਿਗਿਆਨ ਜਿਆ ਹੁੰਦਾ ਹੈ ਉਹਨਾਂ ਨੂੰ ਆਪਣੇ ਅਧਿਆਪਕਾਂ ਬਾਰੇ ਜਗਿਆਸਾ ਹੁੰਦੀ ਹੈ ਕਿਉਂ ਜੋ ਗੁਰੂ ਹੁੰਦਾ ਇਸ ਕਰਕੇ ਅਧਿਆਪਕ ਦੀ ਨਿੱਜੀ ਜ਼ਿੰਦਗੀ ਉਹ ਤੇ ਕਿੱਤੇ ਨਾਲ ਜੁੜ ਜਾਂਦੀ ਏ ਤੈਨੂੰ ਪਤਾ ਏ ਜਦੋਂ ਬੱਚਿਆਂ ਨੂੰ ਤੇਰੀ ਨਿੱਜੀ ਜ਼ਿੰਦਗੀ ਬਾਰੇ ਪਤਾ ਲੱਗਾ ਤਾਂ ਇਹਦਾ ਉਹਨਾਂ ਦੇ ਮਨਾਂ ਤੇ ਕੀ ਅਸਰ ਹੋਏਗਾ ਗੁਰੂ ਵੀ ਹੋਣ ਸਮਾਜ ਬਦਮਨੀ ਦਾ ਸ਼ਿਕਾਰ ਹੋ ਜਾਏਗਾ ਇਸ ਲਈ ਮੈਂ ਤੇਰੀਆਂ ਸੇਵਾਵਾਂ ਅੱਜ ਤੋਂ ਖਤਮ ਕਰ ਰਿਹਾ ਮੈਨੂੰ ਅਫਸੋਸ ਰਹੇਗਾ ਕਿ ਕਾਲਜ ਤੇਰੇ ਵਰਗੇ ਯੋਗ ਅਧਿਆਪਕ ਦੀਆਂ ਸੇਵਾਵਾਂ ਤੋਂ ਵਾਂਝਾ ਰਹਿ ਜਾਏਗਾ ਪਰ ਮੈਂ ਕੀ ਕਰ ਸਕਦਾ ਕਈ ਵਾਰ ਆਦਮੀ ਨੂੰ ਆਪਣੀਆਂ ਇੱਛਾਵਾਂ ਦੇ ਵਿਰੁੱਧ ਵੀ ਕੰਮ ਕਰਨਾ ਪੈਂਦਾ ਮੈਂ ਸਖਤੇ ਚ ਆ ਗਿਆ ਮੇਰੀ ਚਿੰਨੀ ਸਮਰਥਾ ਨਹੀਂ ਰਹੀ ਕਿ ਮੈਂ ਇੱਕ ਲਫ਼ਜ਼ ਵੀ ਬੋਲ ਸਕਦਾ ਪ੍ਰਿੰਸੀਪਲ ਨੇ ਅਕਾਊਂਟੈਂਟ ਨੂੰ ਬੁਲਾਇਆ ਮੈਨੂੰ ਇੱਕ ਮਹੀਨੇ ਦੀ ਤਨਖਾਹ ਦੇ ਕੇ ਫਾਰਕ ਕਰ ਦਿੱਤਾ ਤੇ ਜਦੋਂ ਮੈਂ ਨਿਕਲਿਆ ਤਾਂ ਮੇਰੀ ਅੱਖਾਂ 'ਚ ਅੰਜੂ ਸਨ ਮੈਂ ਹਾਰੇ ਹੋਏ ਜਵਾਰੀ ਵਾਂਗ ਲੜਖੜਾਉਂਦੇ ਹੋਏ ਕਦਮਾਂ ਨਾਲ ਬਾਹਰ ਨਿਕਲਿਆ ਕਾਲਜ ਦੇ ਗੇਟ 'ਚ ਖੜਾ ਹੋ ਗਿਆ ਕਾਲਜ ਦੀ ਇਮਾਰਤ ਤੇ ਆਖਰੀ ਝਾਤੀ ਮਾਰੀ ਜਦੋਂ ਮੈਂ ਕਾਲਜ ਚ ਆਇਆ ਸੀ ਕਾਲਜ ਨੇ ਮੇਰਾ ਐਦਾਂ ਬਾਹਾਂ 'ਚ ਲੈ ਕੇ ਸਵਾਗਤ ਕੀਤਾ ਸੀ ਜਿਦਾਂ ਮਾਂ ਆਪਣੇ ਬੱਚੇ ਨੂੰ ਗੋਦ 'ਚ ਲੈਂਦੀ ਹੈ ਪਰ ਅੱਜ ਮੈਨੂੰ ਇਹਨੇ ਐਦਾਂ ਤਰਸਕਾਰ ਦਿੱਤਾ ਸੀ ਜਿਦਾਂ ਮੈਂ ਮਤਰਿਆ ਪੁੱਤਰ ਹਾਂ ਸ਼ਾਇਦ ਮੈਂ ਜ਼ਿੰਦਗੀ ਦਾ ਮਤਰਿਆ ਪੁੱਤਰ ਹੀ ਸੀ ਮੈਂ ਇਸ ਭੀੜ ਭੜੱਕੇ ਵਾਲੇ ਸ਼ਹਿਰ ਦਾ ਵੀ ਮਤਰਿਆ ਪੁੱਤਰ ਸਾਂ ਸਭ ਨੇ ਮੈਨੂੰ ਤਰਸਕਾਰ ਦਿੱਤਾ ਸੀ ਮੈਂ ਉੱਥੇ ਇਕੱਲਾ ਤੇ ਅਸੁਰੱਖਿਅਤ ਖੜਾ ਸੀ ਸ਼ਹਿਰ ਦੀ ਵੱਡੀ ਸੜਕ ਮੇਰੇ ਸਾਹਮਣੇ ਸੀ ਜਿਸ ਤੇ ਕਾਰਾਂ ਤੇ ਰਿਕਸ਼ਿਆਂ ਵਾਲੇ ਇੱਕ ਦੂਜੇ ਨੂੰ ਮਾਰਨ ਦੀ ਸਾਜ਼ਿਸ਼ ਕਰ ਰਹੇ ਸਨ ਸੁੰਦਰ ਚਿਹਰਿਆਂ ਤੇ ਪੱਥਰ ਦਿਲਾਂ ਵਾਲੇ ਲੋਕ ਇੱਧਰ ਉੱਧਰ ਜਾ ਰਹੇ ਸਨ ਇਹ ਹੰਗਾਮਾ ਕਿਉਂ ਹੈ ਜਿਉਂ ਹੀ ਮੈਂ ਕਮਰੇ ਚ ਵੜਿਆ ਜ਼ੈਰੀ ਚੁੱਕਨੀ ਹੋ ਗਈ ਉਹਨੇ ਕਬਰਾਈ ਆਵਾਜ਼ ਚ ਕਿਹਾ ਪਤਾ ਨਹੀਂ ਮੇਰੇ ਛੋਟੇ ਪੁੱਤਰ ਨੂੰ ਕੀ ਹੋ ਗਿਆ ਕਿਉਂ ਕੀ ਹੋਇਆ ਇਹਨੇ ਪਿਛਲੀ ਰਾਤ ਤੋਂ ਬਿਲਕੁਲ ਕੋਈ ਹਰਕਤ ਨਹੀਂ ਕੀਤੀ ਮੈਂ ਉਹਦੇ ਕੋਲ ਆਪਣਾ ਗਾਮ ਲੈ ਕੇ ਆਇਆ ਸੀ ਪਰ ਉਹ ਆਪਣੀਆਂ ਵਿਅਰਥ ਦੀਆਂ ਚਿੰਤਾਵਾਂ ਪ੍ਰਗਟ ਕਰ ਰਹੀ ਸੀ ਮੈਨੂੰ ਗੁੱਸਾ ਆ ਗਿਆ ਤੂੰ ਝੱਲੀ ਹੋ ਗਈ ਹੈ ਮੈਂ ਕਿਹਾ ਇਹ ਬੱਚਾ ਤੈਨੂੰ ਪਾਗਲ ਕਰ ਦੇਗਾ ਉਹ ਰੋਣ ਲੱਗ ਪਈ ਮੇਰੇ ਬੱਚੇ ਨੂੰ ਕੁਝ ਹੋ ਗਿਆ ਹੈ ਇਹ ਹਮੇਸ਼ਾ ਮੇਰੀ ਕੋਖ ਖੇਲਦਾ ਰਹਿੰਦਾ ਸੀ ਪਰ ਕੱਲ ਰਾਤ ਤੋਂ ਇਹ ਬੇਹਰਕਤ ਹੈ ਸ਼ਾਇਦ ਇਹਨੂੰ ਕੁਝ ਹੋ ਗਿਆ ਹੈ ਮੈਂ ਉਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਉਹਨੂੰ ਦਿਲਾਸਾ ਦੇਣਾ ਸ਼ੁਰੂ ਕਰ ਦਿੱਤਾ ਕਮਲੀ ਨਾ ਹੋਵੇ ਤੂੰ ਬੱਚੇ ਕਈ ਵਾਰ ਆਪਣਾ ਸਾਹ ਰੋਕ ਲੈਂਦੇ ਨੇ ਹਫ਼ਤਿਆਂ ਬੱਧੀ ਨਹੀਂ ਹਿਲਦੇ ਤੂੰ ਆਕਾਰ ਨਹੀਂ ਚਿੰਤਾ ਕਰੀ ਜਾ ਰਹੀ ਮੈਂ ਆਪਣੇ ਆਪ ਨੂੰ ਮੁਸ਼ਕਲਾਂ ਤੋਂ ਕੱਢਣ ਦਾ ਯਤਨ ਕੀਤਾ ਪਰ ਮੇਰਾ ਦਿਲ ਨਹੀਂ ਮੰਨਦਾ ਐਦਾਂ ਜਿਹਾ ਲੱਗਦਾ ਜਿਵੇਂ ਮਰੇ ਦਿਲ ਤੇ ਭਾਰੀ ਪੱਥਰ ਡਿੱਗ ਪਿਆ ਹੋਵੇ ਇਦਾਂ ਚਾਪਦਾ ਕੋਈ ਡਰਾਵਣੀ ਘਟਨਾ ਵਾਪਰਨ ਵਾਲੀ ਹੈ ਜਾਂ ਵਾਪਰ ਚੁੱਕੀ ਹੈ ਰੱਬ ਨਾ ਕਰੇ ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਮੈਂ ਪਰਬਾਤ ਹੋ ਜਾਾਂਗੀ ਮੈਂ ਮਰ ਜਾਾਂਗੀ ਆਪਣਾ ਸਿਰ ਬੁੱਕਲ ਚ ਲੈ ਕੇ ਉਹ ਬੱਚਿਆਂ ਵਾਂਗ ਰੋਣ ਲੱਗ ਪਈ ਮੈਂ ਉਹਨੂੰ ਕਿਹਾ ਤੂੰ ਬੇਮਤਲਬ ਦਾ ਵਹਿਮ ਕਰ ਰਹੀ ਹੈ ਤੈਨੂੰ ਕੁਝ ਨਹੀਂ ਹੋਇਆ ਰੱਬ ਤੇਰੇ ਤੇ ਮੇਰਾ ਬਰਸਾਏਗਾ ਚੱਲ ਛੱਡ ਹੁਣ ਮੁਸਕਰਾ ਕੇ ਦਿਖਾ ਮੇਰੇ ਵਾਸਤੇ ਹੱਸ ਤੂੰ ਹੱਸ ਨਹੀਂ ਰਹੀ ਮੈਂ ਤੇਰੇ ਨਾਲ ਗੱਲ ਨਹੀਂ ਕਰਾਂਗਾ ਤੂੰ ਹੁਣ ਵੀ ਨਹੀਂ ਹੱਸੀ ਮੈਂ ਦੇਖਾਂਗਾ ਤੂੰ ਕਿੱਦਾਂ ਨਹੀਂ ਹੱਸਦੀ ਮੇਰੇ ਉੱਤੇ ਚੁੰਡੀ ਪਰੀ ਜਿਸ ਨਾਲ ਉਹਦੇ ਬੁੱਲਾਂ ਤੇ ਹਲਕੀ ਜੀ ਮੁਸਕਾਨ ਆ ਗਈ ਮੈਂ ਆਪਣਾ ਕਸ਼ਟ ਭੁੱਲ ਗਿਆ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਉਹਨੂੰ ਨਿਰਾਸ਼ਾ ਦੇ ਆਲਮ ਚੋਂ ਕੱਢਣ ਦਾ ਯਤਨ ਕਰਨ ਲੱਗਾ ਕਦੇ ਉਹ ਹੱਸ ਪੈਂਦੀ ਕਦੇ ਫਿਰ ਉਹਦੇ ਚਿਹਰੇ ਤੇ ਉਦਾਸੀ ਆ ਜਾਂਦੀ ਜਦੋਂ ਮੈਂ ਸੌਣ ਲਈ ਬੱਤੀ ਬੁਝਾਈ ਤਾਂ ਇੱਕਦਮ ਉੱਠ ਬੈਠੀ ਚੀਕ ਕੇ ਕਹਿਣ ਲੱਗੀ ਬੱਤੀ ਜਗਾ ਦਿਓ ਮੇਰੇ ਦਿਲ ਨੂੰ ਡੋਬੂ ਪੈ ਰਹੇ ਨੇ ਮੈਂ ਇਦਾਂ ਹੀ ਕੀਤਾ ਪਰ ਉਹਦੀ ਰਾਤ ਉਨੀਂਦਰੇ ਚ ਲੰਗੀ ਉਹ ਆਪਣੇ ਹੱਥ ਆਪਣੇ ਪੇਟ ਤੇ ਰੱਖ ਲੈਂਦੀ ਕਹਿੰਦੀ ਮੈਨੂੰ ਪਤਾ ਨਹੀਂ ਇਹਨੂੰ ਕੀ ਹੋ ਗਿਆ बच्चा हरकत क्यों नहीं, नहीं कर रहा अगली सुबह मैं लेडी डॉक्टर ਨੂੰ ਲੈ ਆਇਆ ਜਦੋਂ ਨੇ ਉਹਦੇ ਚਿਹਰੇ ਤੇ ਡਰ ਦੇ ਨਿਸ਼ਾਨ ਦੇਖੇ ਤਾਂ ਉਹਨੇ ਉਹਨੂੰ ਦਿਲਾਸਾ ਦੇਣਾ ਸ਼ੁਰੂ ਕਰ ਦਿੱਤਾ ਉਹਦਾ ਮੌਈਨਾ ਕਰਨ ਤੋਂ ਬਾਅਦ ਉਹ ਹੱਸ ਕੇ ਕਹਿਣ ਲੱਗੀ ਤੂੰ ਖਾਮ ਖਾ ਫਿਕਰ ਕਰ ਰਹੀ ਹੈ ਕੁਝ ਵੀ ਨਹੀਂ ਹੋਇਆ ਤੇਰਾ ਬੱਚਾ ਬਿਲਕੁਲ ਠੀਕ ਠਾਕ ਹੈ ਇਹ ਸਿਰਫ ਥੋੜਾ ਕਮਜ਼ੋਰ ਹੈ ਇਸ ਕਰਕੇ ਇਹ ਹਰਕਤ ਨਹੀਂ ਕਰ ਰਿਹਾ ਹਿਲਜੁਲ ਨਹੀਂ ਹਲਕੀ ਹੈ ਕਿ ਤੈਨੂੰ ਮਹਿਸੂਸ ਨਹੀਂ ਹੁੰਦਾ ਚਿੰਤਾ ਵਾਲੀ ਕੋਈ ਗੱਲ ਨਹੀਂ ਇਦੇ ਨਾਲ ਜ਼ਹਿਰੀ ਖੁਸ਼ ਹੋ ਗਈ ਮੈਂ ਡਾਕਟਰ ਨਾਲ ਪੌੜੀਆਂ ਉਤਰਿਆ ਤਾਂ ਡਾਕਟਰ ਨੇ ਮੈਨੂੰ ਦੱਸਿਆ ਬੱਚੇ ਦੀ ਮੌਤ ਹੋ ਚੁੱਕੀ ਹੈ ਇਹਨੂੰ ਤੁਰੰਤ ਵੱਡੇ ਹਸਪਤਾਲ ਲੈ ਜਾਣਾ ਪਏਗਾ ਥੋੜੀ ਜਿੰਨੀ ਵੀ ਦੇਰੀ ਕਰਨ ਨਾਲ ਇਹਦੇ ਅੰਦਰ ਜ਼ਹਿਰ ਫੈਲ ਜਾਏਗਾ ਪਰ ਯਾਦ ਰੱਖੇ ਇਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ ਇਹਦੇ ਨਾਲ ਮੈਂ ਹਿੱਲ ਗਿਆ ਮੇਰਾ ਸਾਰਾ ਸਰੀਰ ਕੰਬਣ ਲੱਗ ਪਿਆ ਮੇਰਾ ਸਿਰ ਹਿੱਲਣ ਲੱਗ ਪਿਆ ਮੈਨੂੰ ਜਿਆਪਦਾ ਸੀ ਮੈਂ ਡਿੱਗ ਪਵਾਂਗਾ ਜਿਉਂ ਹੀ ਮੈਂ ਪੌੜੀਆਂ ਚੜ੍ਹਿਆ ਮੇਰਾ ਸਿਰ ਇੰਨੀ ਜ਼ੋਰ ਦੀ ਕੰਬਿਆ ਕਿ ਮੈਂ ਉੱਥੇ ਹੀ ਬੈਠ ਗਿਆ ਮੈਨੂੰ ਨਹੀਂ ਪਤਾ ਕਿ ਮੈਂ ਕਿੰਨੀ ਦੇਰ ਉਥੇ ਉਸੇ ਹਾਲਤ 'ਚ ਬੈਠਾ ਰਿਆ ਪਰ ਅਚਾਨਕ ਮੈਨੂੰ ਖਿਆਲ ਆਇਆ ਕਿ ਮੈਂ ਜ਼ੈਰੀ ਨੇ ਜੇ ਜ਼ੈਰੀ ਨੇ ਮੈਨੂੰ ਇਸ ਹਾਲਤ 'ਚ ਦੇਖ ਲਿਆ ਤਾਂ ਉਹ ਪੰਪ ਜਾਏਗੀ ਕਿ ਕੀ ਹੋਇਆ ਮੈਂ ਇੱਕਦਮ ਖੜਾ ਹੋਇਆ ਮੁਸਕਰਾਉਂਦਾ ਹੋਇਆ ਕਮਰੇ 'ਚ ਵੜਿਆ ਉਹ ਵੀ ਮੈਨੂੰ ਵੇਖ ਕੇ ਮੁਸਕਰਾ ਪਈ ਮੈਂ ਤੈਨੂੰ ਕਿਹਾ ਸੀ ਫਿਕਰ ਨਾ ਕਰ ਮੈਂ ਕੀ ਕਰਾਂ ਜਿਹੀਆਂ ਗੱਲਾਂ ਕਿਸੇ ਦੇ ਵਾਸਤੇ ਬਾਹਰ ਹੁੰਦੀਆਂ ਨਹੀਂ ਇਹ ਗੱਲ ਹੋਰ ਡਾਕਟਰ ਨੇ ਕਿਹਾ ਵੀ ਬੱਚਾ ਬਹੁਤ ਕਮਜ਼ੋਰ ਹੈ ਨੂੰ ਲੋੜੀਂਦੀ ਖੁਰਾਕ ਨਹੀਂ ਸੀ ਮਿਲ ਰਹੀ ਅੱਛਾ ਉਹ ਫੇਰ ਡਰ ਗਈ ਕੋਈ ਫਿਕਰ ਕਰਨ ਦੀ ਗੱਲ ਨਹੀਂ ਡਾਕਟਰ ਨੇ ਕਿਹਾ ਵੀ ਹੁਣੇ ਹੁਣ ਜਨੇਪਾ ਹੋ ਜਾਣਾ ਚਾਹੀਦਾ ਹੈ 8 ਮਹੀਨੇ ਗੁਜ਼ਰ ਚੁੱਕੇ ਨੇ ਡਾਕਟਰ ਤੈਨੂੰ ਟੀਕਾ ਲਗਾਏਗਾ ਸਾਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਬੱਚਾ ਸਾਡੀ ਗੋਦ 'ਚ ਆ ਜਾਣਾ ਹੈ ਅਸੀਂ ਉਹਨੂੰ ਇੰਨਾ ਦੁੱਧ ਪਿਾਵਾਂਗੇ ਉਹ ਪਹਿਲਵਾਨ ਬਣ ਜਾਏਗਾ ਮੈਨੂੰ ਜ਼ੋਰ ਅਜ਼ਮਾਈ ਲਈ ਚੈਲੰਜ ਕਰੇਗਾ ਤੇ ਜਦੋਂ ਐਦਾਂ ਕਰੇਗਾ ਤਾਂ ਮੈਂ ਕਵਾਂਗਾ ਨਹੀਂ ਪੁੱਤਰਾ ਮੈਂ ਕਮਜ਼ੋਰ ਹਾਂ ਤੇਰੇ ਨਾਲ ਕੁਸ਼ਤੀ ਨਹੀਂ ਕਰ ਸਕਦਾ ਮੇਰਾ ਕਾਲਜਾ ਮੂੰਹ ਨੂੰ ਆ ਰਿਹਾ ਸੀ ਪਰ ਮੈਂ ਆਪਣੇ ਆਪ ਤੇ ਜ਼ਬਤ ਰੱਖਿਆ ਉਹਨੂੰ ਹਸਪਤਾਲ ਜਾਣ ਲਈ ਮਨਾ ਲਿਆ ਕਲੀਨਿਕ ਦੀ ਡਾਕਟਰ ਮੈਨੂੰ ਜਾਣਦੀ ਸੀ ਉਹਦਾ ਮੌਇਨਾ ਕਰਕੇ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ ਮਾਤਾ ਨੂੰ ਬਚਾਉਣ ਲਈ ਤੁਰੰਤ ਸਰਜਰੀ ਕਰਨੀ ਪਵੇਗੀ ਉਹਨੇ ਇਹ ਵੀ ਦੱਸਿਆ ਕਿ ਸ਼ਾਇਦ ਜ਼ੈਰੀ ਦੁਬਾਰਾ ਗਰਭਦਾਰ ਨਾ ਕਰ ਸਕੇ ਮੈਨੂੰ ਬੱਚੇ ਦੀ ਜ਼ਰੂਰਤ ਨਹੀਂ ਮੈਨੂੰ ਆਪਣੀ ਪਤਨੀ ਦੀ ਜ਼ਰੂਰਤ ਹੈ ਜ਼ੈਰੀ ਨੂੰ ਤੁਰੰਤ ਆਪਰੇਸ਼ਨ ਥੀਟਰ ਚ ਲਜਾਇਆ ਗਿਆ ਮੇਰੇ ਵੱਲ ਦਰਵਾਜ਼ਾ ਰੱਖਾ ਨਾਲ ਵੇਖ ਰਹੀ ਸੀ ਜਿਉਂ ਹੀ ਆਪਰੇਸ਼ਨ ਥੀਟਰ ਦਾ ਦਰਵਾਜ਼ਾ ਬੰਦ ਹੋਇਆ ਮੈਂ ਬਰਾਮਦੇ ਚ ਇਧਰ ਉਧਰ ਟਹਿਲਣਾ ਸ਼ੁਰੂ ਕਰ ਦਿੱਤਾ ਮੇਰਾ ਸਿਰ ਫੇਰ ਹਿੱਲਣ ਲੱਗ ਪਿਆ ਮੇਰੀ ਲੱਤਾਂ ਕੰਬਣ ਲੱਗ ਪਈਆਂ ਮੇਰੇ ਦਿਮਾਗ 'ਚ ਅਜੀਬ ਕਿਸਮ ਦੇ ਵਿਚਾਰ ਆਉਣ ਲੱਗੇ ਮੇਰਾ ਸਾਹ ਘੁੱਟਣ ਲੱਗਾ ਮੈਂ ਕੰਧ ਨਾਲ ਢੋ ਲਾ ਕੇ ਬੈਠ ਗਿਆ ਮੇਰੀਆਂ ਅੱਖਾਂ ਅੱਗੇ ਨੇਰਾ ਹੋਣ ਲੱਗ ਪਿਆ ਮੈਨੂੰ ਚਿਕਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਸਾਰੇ ਪਾਸੇ ਗਲੇ ਹੋਏ ਮਾਸ ਦੀ ਬਦਬੂ ਤੇ ਖੂਨ ਵਹਿਦਾ ਜਾਪਿਆ ਨੰਗੀਆਂ ਲੋਥਾਂ ਨਚਣ ਨਚਣ ਲੱਗ ਪਈਆਂ ਸਨ ਇਸ ਸਭ ਕੁਝ ਨਾਲ ਮੇਰੀ ਜਾਗ ਖੁੱਲ ਗਈ ਜਿਉਂ ਹੀ ਮੈਂ ਅੱਖਾਂ ਖੋਲੀਆਂ ਤੇ ਇੱਕ ਨਰਸ ਮੇਰੇ ਸਾਹਮਣੇ ਖੜੀ ਸੀ ਮੁਬਾਰਕਾ ਆਪਰੇਸ਼ਨ ਕਾਮਯਾਬ ਰਿਹਾ ਹੈ ਉਹਨੇ ਕਿਹਾ ਇਸੇ ਦੌਰਾਨ ਜ਼ੈਰੀ ਨੂੰ ਸਟ੍ਰੈਚਰ ਤੇ ਆਪਰੇਸ਼ਨ تھیਟਰ ਤੋਂ ਬਾਹਰ ਲਿਆਂਦਾ ਗਿਆ ਉਹਦੀਆਂ ਅਧਮੋਈਆਂ ਅੱਖਾਂ ਅਧ ਖੁੱਲੀਆਂ ਸਨ ਉਹਦਾ ਸਿਰ ਇੱਕ ਪਾਸੇ ਨੂੰ ਝੁਕਿਆ ਸੀ ਉਹ ਬਿਲਕੁਲ ਬੇਹਰਕਤ ਸੀ ਜ਼ੈਰੀ ਨੂੰ ਬੇਹੋਸ਼ੇ ਦੀ ਹਾਲਤ ਵਿੱਚ ਬੈੱਡ ਤੇ ਪਾ ਦਿੱਤਾ ਗਿਆ ਮੈਂ ਸਿਗਰਟ ਪੀਂਦਾ ਰਿਹਾ ਕਮਰੇ ਚੰਦਰ ਬਾਹਰ ਜਾਂਦਾ ਰਿਹਾ ਜ਼ੈਰੀ ਦਾ ਆਪਰੇਸ਼ਨ ਵੱਡਾ ਆਪਰੇਸ਼ਨ ਸੀ ਇਸ ਲਈ ਉਹਨੇ ਹੁਣ ਕਦੇ ਮਾਂ ਨਹੀਂ ਬਣ ਸਕਣਾ ਸੀ ਜਦੋਂ ਅੱਖਾਂ ਖੋਲੇਗੀ ਤੇ ਮੈਂ ਉਹਨੂੰ ਕੀ ਦੱਸਾਂਗਾ ਜਦੋਂ ਬੱਚੇ ਬਾਰੇ ਪੁੱਛੇਗੀ ਤਾਂ ਕੀ ਕਹਾਂਗਾ ਮੈਂ ਉਹਨੂੰ ਕਿੱਦਾਂ ਕਹਾਂਗਾ ਵੀ ਜਿਸ ਬੱਚੇ ਦੇ ਆਲੇ ਦੁਆਲੇ ਉਹਨੇ ਹਜ਼ਾਰਾਂ ਹੀ ਦੁਨੀਆ ਦੇ ਖਾਬ ਬਣਾ ਲਏ ਉਹ ਜਨਮ ਲੈਣ ਤੋਂ ਲੈਣ ਤੋਂ ਪਹਿਲਾਂ ਹੀ ਮਰ ਗਿਆ ਉਸ ਔਰਤ ਨੂੰ ਇਹ ਦੱਸਣਾ ਕਿੰਨਾ ਦੁਖਦਾਈ ਹੋਏਗਾ ਕਿ ਉਹਦੇ ਬੱਚੇ ਦੀ ਮੌਤ ਹੋ ਚੁੱਕੀ ਹੈ ਜਿਹੜਾ ਮਾਂ ਬਣਨ ਦੀ ਆਸਾਂ ਲਾ ਕੇ ਬੈਠੀ ਸੀ ਪਰ ਕੋਈ ਸੱਚਾਈ ਨੂੰ ਕਿਦਾਂ ਛੁਪਾ ਸਕਦਾ ਹੈ ਅਖੀਰ ਚੁਪਲ ਜੇ ਤੋਂ ਮੈਂ ਡਰਦਾ ਆ ਰਿਹਾ ਸੀ ਆ ਪਹੁੰਚਿਆ ਜੈਰੀ ਨੇ ਅੱਖਾਂ ਖੋਲੀਆਂ ਆਪਣੇ ਬੁੱਲਾਂ ਤੇ ਜੀਭ ਫੇਰ ਕੇ ਪਾਣੀ ਦੀ ਮੰਗ ਕੀਤੀ ਮੈਂ ਉਹਨੂੰ ਥੋੜਾ ਜਿਨਾ ਗਲੂਕੋਜ਼ ਪਲਾਇਆ ਉਹ ਪੂਰੀ ਤਰ੍ਹਾਂ ਹੋਸ਼ ਛਾ ਕੇ इधर-ਉਧਰ ਤੱਕਣ ਲੱਗ ਪਈ ਪੁੱਛਣ ਲੱਗੀ ਮੇਰਾ ਬੱਚਾ ਕਿੱਥੇ ਹੈ ਡਾਕਟਰ ਲੈ ਗਏ ਨੇ ਉਹ ਕਿੱਥੇ ਬੱਚਾ ਬਹੁਤ ਜ਼ਿਆਦਾ ਕਮਜ਼ੋਰ ਸੀ ਸਾਹ ਵੀ ਨਹੀਂ ਸੀ ਲੈ ਸਕਦਾ ਉਹਨੂੰ ਆਕਸੀਜਨ ਤੇ ਰੱਖਣਗੇ ਤੁਸੀਂ ਝੂਠ ਬੋਲਦੇ ਹੋ ਤੋੜੀ ਅੱਖਾਂ ਮੈਨੂੰ ਦੱਸ ਰਹੀਆਂ ਨੇ ਕਿ ਤੁਸੀਂ ਝੂਠ ਬੋਲ ਰਹੇ ਹੋ ਮੇਰਾ ਬੱਚਾ ਕਿੱਥੇ ਹੈ ਤੁਸੀਂ ਉਹਦਾ ਕੀ ਕੀਤਾ ਮੈਂ ਉਹਦੀ ਮਾਂ ਮੈਨੂੰ ਉਹਦੀ ਇੱਕ ਝਲਕ ਤਾਂ ਦੇਖ ਲੈਣ ਦਿਓ ਉਹਨੂੰ ਇੱਥੇ ਲੈ ਕੇ ਆਓ ਤਾਂ ਜੋ ਮੈਂ ਉਹਨੂੰ ਦੁੱਧ ਪਿਆ ਸਕਾਂ ਤੁਸੀਂ ਨਹੀਂ ਲੈ ਕੇ ਆਓਗੇ ਮੈਂ ਆਪ ਲੈ ਕੇ ਆਨੀ ਹ ਉਹ ਖੜੀ ਹੋ ਗਈ ਚੀਕਦੀ ਹੋਈ ਤੇ ਆਪਣਾ ਹੱਥ ਆਪਣੇ ਪੇਟ ਤੇ ਰੱਖੋ ਤੇ ਟਾਂਕੇ ਖੁੱਲ ਗਏ ਖੂਨ ਵਗਣ ਲੱਗ ਪਿਆ ਨਰਸ ਭੱਜ ਕੇ ਡਾਕਟਰ ਨੂੰ ਬੁਲਾਉਣ ਚਲੀ ਗਈ ਮੈਂ ਚਿੰਤਾਤੁਰ ਹੋ ਕੇ ਜ਼ੈਰੀ ਦੇ ਚਿਹਰੇ ਵੱਲ ਦੇਖਦਾ ਰਿਹਾ ਉਹ ਕਮਜ਼ੋਰ ਪੈਂਦੀ ਜਾ ਰਹੀ ਸੀ ਉਹਦੀਆਂ ਅੱਖਾਂ ਬੰਦ ਹੁੰਦੀਆਂ ਜਾ ਰਹੀਆਂ ਸੀ ਪਰ ਉਹ ਕਮਜ਼ੋਰ ਆਵਾਜ਼ ਚ ਕਹਿ ਰਹੀ ਸੀ ਮੇਰਾ ਬੱਚਾ ਰੋ ਰਿਹਾ ਹੋਵੇਗਾ ਮੈਨੂੰ ਉਹਦਾ ਦੁੱਧ ਪਿਆਉਣ ਦੀ ਇੱਕ ਵਾਰਤਾ ਸੀ ਉਹਨੂੰ ਸਟ੍ਰੈਚਰ ਤੇ ਪਾ ਕੇ ਆਪਰੇਸ਼ਨ ਥੀਟਰ ਲਜਾਇਆ ਗਿਆ ਜਿੱਥੇ ਉਹਦੀ ਜਾਨ ਬਚ ਗਈ ਜ਼ੈਰੀ ਨੇ ਅਜੇ ਤੱਕ ਵੀ ਇਹ ਸਵੀਕਾਰ ਨਹੀਂ ਕੀਤਾ ਕਿ ਉਹਦੇ ਬੱਚੇ ਦੀ ਮੌਤ ਹੋ ਗਈ ਹੈ ਇਸੇ ਕਾਰਨ ਉਹਦਾ ਸਾਰਾ ਹੁਸਨ ਤੇ ਜਵਾਨੀ ਉੱਡ ਪੁੱਟ ਗਏ ਨੇ ਉਹਦਾ ਗੁਲਾਬ ਵਰਗਾ ਚਿਹਰਾ ਮੁਰਝਾ ਗਿਆ ਹੈ। ਉਹਦੀਆਂ ਵੱਡੀਆਂ-ਵੱਡੀਆਂ ਕਾਲੀਆਂ ਅੱਖਾਂ ਤੇ ਸੁੰਦਰ ਪਲਕਾਂ ਟੁੱਟੇ ਹੋਏ ਸੁਪਨਿਆਂ ਨਾਲ ਭਰੀਆਂ ਹੋਈਆਂ ਨੇ। ਅਸੀਂ ਇੱਕ ਦੂਜੇ ਦੇ ਇੰਨਾ ਨੇੜੇ ਹੁੰਦੇ ਹੋਏ ਵੀ ਅੱਡ-ਅੱਡ ਹੋ ਚੁੱਕੇ ਹਾਂ। ਅਸੀਂ ਦੋਵੇਂ ਆਪੋ ਆਪਣੇ ਅੱਲੇ ਜ਼ਖਮਾਂ 'ਚ ਘਿਰੇ ਹੋਏ ਹਾਂ। ਉਹ ਸਾਰਾ ਦਿਨ ਆਪਣੇ ਬੱਚੇ ਨੂੰ ਯਾਦ ਕਰਦੀ ਹੋਈ ਲੰਘਾ ਦਿੰਦੀ ਹੈ। ਕਦੇ ਉਹ ਪਲਾਸਟਿਕ ਦੇ ਗੁੱਡੇ ਨੂੰ ਲੋਰੀਆਂ ਦੇਣੀਆਂ ਸ਼ੁਰੂ ਕਰ ਦਿੰਦੀ ਹੈ। ਕਦੇ ਉਹਨੂੰ ਪੰਘੂੜੇ 'ਚ ਬਿਠਾ ਕੇ ਹਿਲਾਉਣਾ ਸ਼ੁਰੂ ਕਰ ਦਿੰਦੀ ਹੈ। ਮੈਂ ਉਹਨੂੰ ਐਦਾਂ ਦੇਖ ਕੇ ਚੀਕ ਉਠਦਾ ਮੈਂ ਉਹਦੇ ਕੋਲ ਬੈਠ ਕੇ ਉਹਦੇ ਖੁਸ਼ਕ ਵਾਲਾਂ 'ਚ ਉਂਗਲਾਂ ਫੇਰਦਾ ਰਹਿਣਾ ਉਦਾਸ ਤੇ ਡੋਰਪੋਂ ਰੱਖਾਂ ਨਾਲ ਮੇਰੇ ਮਨ ਝਾਕਦੀ ਰਹਿੰਦੀ ਹੈ ਜਿੱਦਾਂ ਉਹ ਮੈਨੂੰ ਜਾਣਦੀ ਨਾ ਹੋਵੇ ਤੇ ਮੈਂ ਅਜਨਬੀ ਹੁਆ ਉਹ ਇੱਕ ਪਲ ਲਈ ਮੈਨੂੰ ਪਛਾਣਦੀ ਹੈ ਆਪਣਾ ਸਿਰ ਮੇਰੀ ਗੋਦ ਵਿੱਚ ਸੁੱਟ ਦਿੰਦੀ ਹੈ ਜਿਉਂ ਹੀ ਉਹਨੂੰ ਆਪਣਾ ਬੱਚਾ ਯਾਦ ਆਉਂਦਾ ਹੈ ਦੁੱਖ ਭਰੀ ਆਵਾਜ਼ ਨਾਲ ਰੋਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਰੋ ਕੇ ਹੰਬ ਜਾਂਦੀ ਹੈ ਤਾਂ ਦੂਰ ਇਸ ਹੱਦੇ ਵੱਲ ਦੇਖਣਾ ਸ਼ੁਰੂ ਕਰ ਦਿੰਦੀ ਹੈ ਉਹ ਸੁਪਨੇ ਦੇਖਣਾ ਸ਼ੁਰੂ ਕਰ ਦਿੰਦੀ ਹੈ ਜਦੋਂ ਮਾਂ ਬਣੇਗੀ ਤੇ ਸਾਰੀ ਕਾਇਨਾਤ ਉਹਦੀ ਝੋਲੀ ਚ ਆ ਕੇ ਸਮਾ ਜਾਏਗੀ ਮਾਂ ਬਣਨ ਨਾਲ ਉਹਦੇ ਫਿਰ ਜ਼ਿੰਦਗੀ ਆ ਜਾਏਗੀ ਇਹ ਸਭ ਦੇਖ ਕੇ ਮੈਂ ਚੀਕ ਉੱਠਦਾ ਮੈਂ ਉਹਨੂੰ ਕਿਦਾਂ ਸਮਝਾਵਾਂ ਕਿ ਉਹ ਕਦੇ ਮਾਂ ਨਹੀਂ ਬਣ ਸਕੇਗੀ ਧੰਨਵਾਦ